ਸਤ ਸ੍ਰੀ ਅਕਾਲ ਦੋਸਤੋ ਮੈਂ ਆ ਬਲਰਾਜ ਸਿੰਘ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਜੀ ਓਨਲੀ ਐਗਰੀਕਲਚਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਬਾਗਾਂ ਵਿੱਚ ਰੂੜੀ ਖਿਲਾਰਨ ਵਾਲੀ ਕਮਾਉਨ ਦੀ ਮਸ਼ੀਨ ਵਿਖਾਉਣ ਜਾ ਰਹੇ ਹਾਂ ਤੇ ਨਾਲ ਹੀ ਦੱਸਾਂਗੇ ਕਿ ਇਹ ਮਸ਼ੀਨ ਕਿਸਾਨਾਂ ਨੂੰ ਕਿੱਥੋਂ ਕਿਰਾਏ ਤੇ ਮਿਲ ਸਕਦੀ ਹੈ ਤੇ ਇਸ ਦਾ ਕਿੰਨਾ ਕਿਰਾਇਆ ਪਰ ਹਰ ਵਾਰ ਦੀ ਤਰ੍ਹਾਂ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਪੋਸਟ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਵੀਰਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਇਸ ਤੋਂ ਬਿਨਾ ਜੇਕਰ ਤੁਹਾਨੂੰ ਸਾਡੀ ਇਹ ਪੋਸਟ ਚੰਗੀ ਲੱਗੇ ਤਾਂ ਲਾਈਕ ਬਟਨ ਤੇ ਕਲਿੱਕ ਕਰ ਦੇਣਾ ਤੁਹਾਡੇ ਇੱਕ ਲਾਈਕ ਨਾਲ ਸਾਡਾ ਹੌਸਲਾ ਵਧੇਗਾ ਤੇ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਇਸ ਅੱਜ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਵੀ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਪਾਉਂਦੇ ਰਹੋ ਤਾਂ ਉਹ ਫਿਰ ਗੱਲ ਕਰਦੇ ਹਾਂ ਅੱਜ ਦੀ ਮਸ਼ੀਨ ਦੀ ਕਿਸਾਨ ਵੀਰੋ ਇਹ ਮਸ਼ੀਨ ਦਾ ਨਾਮ ਹੈ ਰੂੜੀ ਖਾਦ ਸਪੈਡਰ ਯਾਨੀ ਕਿ ਰੂੜੀ ਦੀ ਖਾਦ ਬਾਗ ਵਿੱਚ ਖਿਲਾਰਨ ਵਾਲੀ ਮਸ਼ੀਨ ਇਸ ਮਸ਼ੀਨ ਦੀ ਖਾਸੀਅਤ ਇਹ ਹੈ ਕਿ ਇਸ ਨਾਲ ਦਿਨਾਂ ਦਾ ਕੰਮ ਘੰਟਿਆਂ ਵਿੱਚ ਹੋ ਜਾਂਦਾ ਹੈ ਤੇ ਖਾਦ ਵੀ ਸਾਰੇ ਬਾਗ ਵਿੱਚ ਪੌਦਿਆਂ ਦੇ ਥੱਲੇ ਇੱਕ ਸਾਰ ਖਿਲਾਰੀ ਜਾਂਦੀ ਹੈ। ਕਿਸਾਨ ਦੋਸਤੋ ਇਹ ਮਸ਼ੀਨ ਸਮੇਤ ਟਰੈਕਟਰ ਸਿਟਰਸ ਸਟੇਟ ਅਬੋਰ ਤੋਂ ਕਿਰਾਏ ਤੇ ਮਿਲਦੀ ਹੈ। ਸਿਟਰਸ ਸਟੇਟ ਜਾਨੀ ਕਿ ਬਾਗਬਾਨੀ ਵਿਭਾਗ ਦਾ ਦਫ਼ਤਰ ਅਬੋਰ ਵਿਖੇ ਦਾਣਾ ਮੰਡੀ ਵਿੱਚ ਹੈ। ਇੱਥੋਂ ਕਿਸਾਨ ਭਰਾ ਇਹ ਮਸ਼ੀਨ ਕਿਰਾਏ ਤੇ ਲੈ ਸਕਦੇ ਨੇ। ਇਸ ਮਸ਼ੀਨ ਦਾ ਇੱਕ ਦਿਨ ਦਾ ਸਮੇਤ ਟਰੈਕਟਰ ਕਿਰਾਇਆ 2400 ਰੁਪਏ ਹੈ। ਜਿੰਨਾਂ ਕੋਲ ਆਪਣਾ ਲੋਡਰ ਨਾ ਹੋਵੇ ਉਸ ਮਸ਼ੀਨ ਦੀ ਰੂੜੀ ਵਾਲੀ ਟਰਾਲੀ ਭਰਨ ਲਈ ਲੋਡਰ ਵੀ ਸਮੇਤ ਟਰੈਕਟਰ 2000 ਰੁਪਏ ਦਿਹਾੜੀ ਤੇ ਕਿਰਾਏ ਤੇ ਲੈ ਸਕਦੇ ਹਨ ਇਸ ਕਿਰਾਏ ਵਿੱਚ ਡਰਾਈਵਰ ਤੇ ਟਰੈਕਟਰ ਦਾ ਖਰਚਾ ਸ਼ਾਮਲ ਹੈ ਤੇ ਡੀਜ਼ਲ ਦਾ ਖਰਚਾ ਕਿਰਾਏ ਤੇ ਲੈਣ ਵਾਲੇ ਦਾ ਹੋਵੇਗਾ ਇਸ ਸੰਬੰਧੀ ਸਟ੍ਰੈਸ ਸਟੇਟ ਦੇ ਸੀਓ ਜਗਤਾਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਇਹ ਖਾਦ ਨਹੀਂ ਇਹ ਖਾਦ ਖਿਲਾਰਦੀਆਂ ਨੇ ਰੂੜੀ ਰੂੜੀ ਜੋ ਗੋਬਰ ਦੀ ਹੈ ਇਹਦੇ ਵਿੱਚ ਗੋਬਰ ਦੀ ਰੂੜੀ ਜਿਹੜੀ ਇਹਨਾਂ ਨੂੰ ਲੇਬਰ ਬਹੁਤ ਪੈਂਦੀ ਹੈ ਕਲਾਰਨ ਵਾਸਤੇ ਖੇਤ ਦੇ ਵਿੱਚ ਤੇ ਲੈ ਜਾਂਦਾ ਪਰ ਇਹ ਸਾਡੇ ਇੱਥੇ ਚੱਲਦੇ ਨੇ ਇਹਦੇ ਨਾਲ ਮਕੈਨੀਕਲੀ ਚੱਲਦੇ ਨੇ ਉਹ ਜਦੋਂ ਇਹਦੇ ਵਿੱਚ ਰੇਸਿੰਗ ਹੋ ਜਾਂਦੀ ਹੈ ਨਾ ਥੱਲੇ ਉਹ ਸੁੱਟਦੀ ਹੈ ਤੇ ਉਹ ਉਹਦੇ ਬੂਟਿਆਂ ਦੇ ਥੱਲੇ ਮਤਲਬ ਆਪਣੇ ਆਪ ਖਿਲਾਰੀ ਦਿੰਦੀ ਹੈ ਇਹਦੀ ਇੱਕ ਦਿਨ ਦੇ ਵਿੱਚ ਜਿਹੜੀ ਕੈਪੈਸਿਟੀ ਹੈ ਜੇ ਇਹ ਦੋਨੋਂ ਸੈੱਟ ਲੈ ਕੇ ਜਾਂਦੇ ਆ 20 ਤੋਂ 25 ਜਗ੍ਹਾ ਹੋਣੀ ਕਿ ਆ ਚੱਲ ਸਕਦੇ ਨੇ ਨਹੀਂ ਵਿੱਚ ਕੋਈ ਨਹੀਂ ਕਿ ਜਗ੍ਹਾ ਹੁੰਦੀ ਹੈ ਬਾਕੀ ਤਾਂ ਫਿਰ ਉਹ ਥੱਲੇ ਖਿਲਾਰ ਦਿੰਦੀ ਹੈ ਨਾ ਸਾਈਡ ਦੇ ਉੱਤੇ ਉਹਨਾਂ ਹੀ ਟਰੈਕਟਰ ਜਿੰਨਾ ਜਿੰਨਾ ਟਰੈਕਟਰ ਦਾ ਸਾਈਜ਼ ਹੋਣੀ ਹੈ ਜੀ ਬੋਲੋਗੇ ਬਰਾਬਰ ਹੀ ਹੈ ਉਸੇ ਸਾਹਮਣੇ ਨਹੀਂ ਬਣਾਇਆ ਇਹ ਦੋ ਸੈੱਟ ਇਸ ਕਰਕੇ ਬਣਾਏ ਆ ਕਿ ਜਦੋਂ ਇਨਕਲੋਡ ਸੋ ਦੋਸਤੋ ਇਸ ਪ੍ਰਕਾਰ ਇਹ ਮਸ਼ੀਨ ਬਹੁਤ ਹੀ ਸਫਾਈ ਨਾਲ ਸਾਰੇ ਬਾਗ ਵਿੱਚ ਪੌਦਿਆਂ ਦੇ ਥੱਲੇ ਰੂੜੀ ਦੀ ਖਾਦ ਦਾ ਇੱਕ ਸਾਰ ਛਿੱਟਾ ਦੇ ਦਿੰਦੀ ਹੈ ਇਸ ਤਰ੍ਹਾਂ ਨਾਲ ਹੀ ਜਲਦੀ ਹੀ ਸਾਰਾ ਕੰਮ ਨਿਬੜ ਜਾਂਦਾ ਹੈ ਤੇ ਪਹਿਲਾਂ ਜਿਸ ਕੰਮ ਲਈ ਕਈ ਦਿਨ ਲੱਗਦੇ ਸੀ ਹੁਣ ਘੰਟਿਆਂ ਵਿੱਚ ਇਹ ਕੰਮ ਨਿਬੜ ਜਾਂਦਾ ਹੈ ਜਿਹੜੇ ਬਾਗਬਾਨ ਇਹ ਮਸ਼ੀਨ ਕਿਰਾਏ ਤੇ ਲੈਣਾ ਚਾਹੁੰਦੇ ਨੇ ਉਹ ਬਾਗਬਾਨੀ ਵਿਭਾਗ ਵਿੱਚ ਅਬੋਹਰ ਵਿਖੇ ਬਣੇ ਸਿਟਰਸ ਸਟੇਟ ਵਿਖੇ ਫੋਨ ਨੰਬਰ 98772 03282 ਤੇ ਸੰਪਰਕ ਕਰ ਸਕਦੇ ਹਨ ਜੀ ਆ ਨੰਬਰ ਇੱਕ ਵਾਰ ਫਿਰ ਨੋਟ ਕਰ ਲਿਓ 9877203282 ਤੇ ਸੰਪਰਕ ਕਰ ਸਕਦੇ ਹੋ ਜਿੱਥੋਂ ਤੁਹਾਨੂੰ ਇਸ ਮਸ਼ੀਨ ਸੰਬੰਧੀ ਹੋਰ ਜਾਣਕਾਰੀ ਵੀ ਮਿਲ ਜਾਵੇਗੀ ਸੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਨਾਲ ਤਦ ਤੱਕ ਲਈ ਧੰਨਵਾਦ